ਪੰਜਾਬੀ ਰੀਡਰ 48 2020 ਐਡੀਸ਼ਨ ਲੈਸਨ 11 ਵਿੱਚ ਤੁਨਜੀ ਆਇਆ ਨੂੰ ਅੱਜ ਦੇ ਪਾਠ ਦੇ ਵਿੱਚ ਅਸੀਂ ਘਰਾਂ ਦੇ ਬਾਰੇ ਵਿੱਚ ਪੜਾਂਗੇ ਮੈਨੀ ਕਾਈਂਡਸ ਆਫ ਹਾਊਸਿਸ ਵੱਖਰੇ ਘਰ ਅਮਰੀਕਾ ਵਿੱਚ ਬਹੁਤ ਤਰ੍ਹਾਂ ਦੇ ਘਰ ਹੁੰਦੇ ਹਨ ਸਾਰੇ ਘਰਾਂ ਦੇ ਦਰਵਾਜ਼ੇ ਹੁੰਦੇ ਹਨ ਦਰਵਾਜ਼ੇ ਦਾ ਇੱਕ ਹੋਰ ਸ਼ਬਦ ਹੁੰਦਾ ਬੂਹਾ ਬੂਹੇ ਸਾਰੇ ਘਰਾਂ ਵਿੱਚ ਕੰਦਾਂ ਹੁੰਦੀਆਂ ਹਨ ਸਾਰੇ ਘਰਾਂ ਵਿੱਚ ਛੱਤ ਹੁੰਦੀ ਹੈ ਬੈਠਣ ਲਈ ਕਮਰਾ ਜਾਂ ਬੈਠਕ ਹੁੰਦੀ ਹੈ ਸੌਣ ਦਾ ਕਮਰਾ ਹੁੰਦਾ ਹੈ ਨਹਾਉਣ ਲਈ ਗੁਸਲਖਾਨਾ ਹੁੰਦਾ ਹੈ ਖਾਣਾ ਪਕਾਉਣ ਲਈ ਰਸੋਈ ਹੁੰਦੀ ਹੈ ਸੋ ਹੇਅਰ ਇਜ਼ ਪਿਕਚਰਸ ਘਰ ਦਰਵਾਜ਼ਾ ਜਾਂ ਬੂਹਾ ਕੰਦ ਛੱਤ ਗੁਸਲਖਾਨਾ ਸੌਣ ਦਾ ਕਮਰਾ ਰਸੋਈ ਤੇ ਬੈਠਕ ਆਈ ਫਰਗਾਟ ਵਨ ਥਿੰਗ ਵਾਟ ਡਿਡ ਆਈ ਫਰਗੇਟ ਖਿੜਕੀ ਐ ਵਾਲੀ ਬਾਰੀ ਇਹਨੂੰ ਬਾਰੀ ਕਹਿੰਦੇ ਆਂ ਖਿੜਕੀ ਜਾਂ ਬਾਰੀ ਠੀਕ ਹੈ ਸਾਰੇ ਘਰ ਇੱਕੋ ਜਿਹੇ ਨਹੀਂ ਹੁੰਦੇ ਕਈ ਘਰ ਵੱਡੇ ਹੁੰਦੇ ਹਨ ਪਰ ਕਈ ਘਰ ਛੋਟੇ ਹੁੰਦੇ ਹਨ ਕਈ ਘਰਾਂ ਵਿੱਚ ਵੇੜਾ ਹੁੰਦਾ ਹੈ ਪਰ ਕਈ ਘਰਾਂ ਵਿੱਚ ਵੇੜਾ ਨਹੀਂ ਹੁੰਦਾ ਕਈ ਘਰਾਂ ਵਿੱਚ ਵਾਸ਼ਿੰਗ ਮਸ਼ੀਨ ਅਤੇ ਡਰਾਇਰ ਹੁੰਦੇ ਹਨ ਪਰ ਕਈ ਘਰਾਂ ਵਿੱਚ ਵਾਸ਼ਿੰਗ ਮਸ਼ੀਨ ਅਤੇ ਡਰਾਇਰ ਨਹੀਂ ਹੁੰਦੇ ਕਈ ਘਰਾਂ ਵਿੱਚ ਡਿਸ਼ਵਾਸ਼ਰ ਹੁੰਦਾ ਹੈ ਪਰ ਕਈ ਘਰਾਂ ਵਿੱਚ ਡਿਸ਼ਵਾਸ਼ਰ ਨਹੀਂ ਹੁੰਦਾ ਕਈ ਘਰਾਂ ਵਿੱਚ ਪੌੜੀਆਂ ਹੁੰਦੀਆਂ ਹਨ ਪਰ ਕਈ ਘਰਾਂ ਵਿੱਚ ਪੌੜੀਆਂ ਨਹੀਂ ਹੁੰਦੀਆਂ ਕਈ ਘਰਾਂ ਦੇ ਪਿੱਛੇ ਵੇੜਾ ਹੁੰਦਾ ਹੈ ਪਰ ਕਈ ਘਰਾਂ ਦੇ ਪਿੱਛੇ ਵੇੜਾ ਨਹੀਂ ਹੁੰਦਾ ਸਾਰੇ ਘਰ ਵੱਖਰੇ ਹੁੰਦੇ ਹਨ ਪਰ ਸਭ ਨੂੰ ਆਪਣਾ ਘਰ ਚੰਗਾ ਲੱਗਦਾ ਹੈ ਓਕੇ ਸੋ ਹੇਰ ਆਰ ਸਮੋਰ ਪਿਕਚਰਸ ਵੇੜਾ ਡਿਸ਼ਵਾਸ਼ਰ واਸ਼ਿੰਗ ਮਸ਼ੀਨ ਡਰਾਇਰ ਤੇ ਪੋੜੀਆਂ ਠੀਕ ਹੈ ਮੇਕ ਸ਼ੂਰ ਯੂ ਰੀਡ ਦਿਸ ਐਸੇ ਅਗੇਨ ਥੈਨ ਯੂ ਵਿਲ ਅਨਸਰ ਥੀਸ ਕੁਐਸਚਨਸ TK. Now these are not hard questions at all. They should be very easy Once you read the essay again um, I think you should be able to answer all of those questions. So these are true or false questions. these are writing questions and these ones here you have to put them in right order. So there are the words and then you have to put them in right order to make sentences correct sentences. Here's a sample that's done for you and then you will do two more. Wednesday, you start a timer, read this essay. How many minutes did it take you? Um, I think you should not take more than one or two minutes to read this. Okay? So that was the lesson for today. Really easy. And I will see you soon in the next lesson. Bye Ka Khalsa. Bye Ki Fateh.